नमस्कार, मैं प्रिया अरोड़ा द फैक्ट टाइम्स तुहाडा स्वागत करती हाँ। तो असी लगातार डेरा सच्चा सौदा के सूत्रों के हवाले तो जान रहे हाँ, जो भी डेरा सच्चा सौदा के दिखाया गया उस बारे इन्हों के की विचार हैं। नमस्कार सर, कितों आए हो तुसी? असीं फरीदकोट तों। फरीदकोट सर, तुसी फरीदकोट तो आए हो डेरा सच्चा सौदा तो काफ़ी वाट का समा है। हाँ जी हाँ जी। तो तुसी डेरा सच्चा सौदा क्यों आंदे हो? सानू जिहड़ा इत्थे आ के सुकून शांति मिलती वह कितें नहीं मिलती। डेरा सच्चा सौदा दे विच तुहाडे घर विच बेटियां तुहाडी वाइफ होणगे, तुसीं देखिया तुसीं उहनां नूं डेरा सच्चा सौदा विच लै के आंदे हो? हाँ जी हाँ जी, सारा परिवार साडा जुड़िया है। 2000 तो साडा सारा परिवार ही, बच्चे छोटे बच्चे तो लैके वड्डियां तक सारा परिवार डेरा सच्चा सौदा दे नाल जुड़िया है। महिलावां दे बारे डेरा सच्चा सौदा दा की कहना है तुहाडा? ओह, मीडिया ने गलत प्रचार करिया जी। असीं जदों दे वी इत्थे आउंदे आ, असीं इस तरह की कदे कोई भी गलत गल नहीं देखी। अज तक भी कोई भी ਭੈਣਾਂ ਹੈ ਉਹ ਵਧੀਆ ਆਪਦਾ ਬਾਈ ਕਹਿ ਕੇ ਬੁਲਾਉਂਦੀਆਂ, ਬਾਈ ਭੈਣਾਂ ਕਹਿ ਕੇ ਬੁਲਾਉਂਦੇ ਆ, ਅਤੇ ਬਹੁਤ ਵਧੀਆ ਸੇਫ ਆ ਇੱਥੇ ਭੈਣਾਂ। ਡੇਰਾ ਸੱਚਾ ਸੌਦਾ ਦੇ ਵਿੱਚ ਪਿਛਲੇ 3-4 ਸਾਲਾਂ ਤੋਂ ਹਾਂਜੀ ਸਮਾਜ ਵਿੱਚ ਗੁਰੂ ਜੀ ਨਹੀਂ ਹੈਗੇ, ਡੇਰਾ ਸੱਚਾ ਸੌਦਾ ਵਿੱਚ ਨਹੀਂ ਹੈਗੇ। ਹਾਂਜੀ ਹਾਂਜੀ। ਤਾਂ ਉਹਦਾ ਸਮਾਜ ਉੱਤੇ ਜਾਂ ਡੇਰਾ ਸੱਚਾ ਸੌਦਾ ਉੱਤੇ ਕੀ ਪ੍ਰਭਾਵ ਪਿਆ? ਨਹੀਂ, ਸਮਾਜ ਦਾ ਤਾਂ ਕੁਛ ਕਹਿ ਨਹੀਂ ਸਕਦੇ, ਪਰ ਡੇਰੇ ਵਾਸਤੇ ਕੋਈ ਨਹੀਂ। ਡੇਰੇ ਵਾਸਤੇ ਤਾਂ ਅੱਜ ਵੀ ਇੱਥੇ ਹੀ ਸਾਡੇ ਵਾਸਤੇ ਹੋ ਗੁਰੂ ਜੀ ਇੱਥੇ ਅੱਜ ਵੀ। ਸਾਨੂੰ ਨਹੀਂ ਲੱਗ ਰਿਹਾ ਕਿ ਉਹ ਸੁਨਾਰੀਆ ਧਾਮ ਬੈਠੇ ਹੈ, ਸਾਨੂੰ ਲੱਗ ਰਿਹਾ ਵੀ ਇੱਥੇ ਹੀ ਬੈਠੇ ਹੈ। ਸਾਨੂੰ ਕੋਈ ਮਹਿਸੂਸ ਨਹੀਂ ਹੁੰਦਾ, ਸਮਾਜ ਜੋ ਮਰਜ਼ੀ ਕਹੀ ਜਾਵੇ ਪਰ ਸਾਡੇ ਵਾਸਤੇ ਇੱਥੇ ਸੀ ਹੈ, ਇੱਥੇ ਹੀ ਹੈ ਸਾਡੇ ਸਦਾ। ਸਾਨੂੰ ਤਾਂ ਪਿਛਲੇ 3-4 ਸਾਲਾਂ ਵਿੱਚ ਜਾਂ ਮਹਿਲਾ ਜਦੋਂ ਗੁਰੂ ਜੀ ਨੂੰ ਲੈ ਕੇ ਗਏ ਨੇ ਉਸ ਟਾਈਮ ਵਿੱਚ ਮਹਿਲਾਵਾਂ ਦੀ ਇੱਜ਼ਤ ਨੂੰ ਕਾਫੀ ਜ਼ਿਆਦਾ ਤਾਰ ਤਾਰ ਕੀਤਾ ਗਿਆ ਲੋਕਾਂ ਮੀਡੀਆ ਦੇ ਥਰੂ ਜਾਂ ਸੋਸ਼ਲ ਸਾਈਟਸ ਦੇ ਥਰੂ, ਉਹਦੇ ਬਾਰੇ ਤੁਸੀਂ ਕੀ ਕਹੋ? ਉਹਦੇ ਬਾਰੇ ਤਾਂ ਬਹੁਤ ਬੁਰਾ ਕਿਹਾ ਉਹਨਾਂ ਨੇ, ਕਹਿਣਾ ਨਹੀਂ ਚਾਹੀਦਾ ਸੀ, ਕਿਉਂਕਿ ਇੱਥੇ ਜਿੰਨਾ ਸੇਫ ਆ ਮਹਿਲਾਵਾਂ ਕਿਤੇ ਵੀ ਨਹੀਂ, ਇਸ ਤੋਂ ਵੱਧ ਕਿਤੇ ਵੀ ਸੇਫ ਨਹੀਂ। ਬਾਹਰ ਆਪਾਂ ਬੁਰਾ ਹਾਲ ਦੇਖਦੇ ਹਾਂ, ਪਿੰਡ ਦੇ ਵਿੱਚ ਵੀ ਇੱਕ ਆਪਦੀਆਂ ਧੀਆਂ ਭੈਣਾਂ ਹੁੰਦੀਆਂ, ਉੱਥੇ ਵੀ ਬੁਰਾ ਹਾਲ ਹੋ ਰਿਹਾ, ਪਰ ਇੱਥੇ ਕਿੱਥੋਂ ਕਿੱਥੋਂ ਭੈਣਾਂ ਆਉਂਦੀਆਂ ਅਤੇ ਆਪਦੀਆਂ ਭੈਣਾਂ ਨਾਲੋਂ ਵੀ ਵੱਧ ਲੱਗਦੀਆਂ ਉਹ, ਵੀ ਇੰਨਾ ਸਤਿਕਾਰ ਦਿੰਦੀ ਹੈ ਸੰਗਤ ਉਹਨਾਂ ਨੂੰ, ਇੰਨਾ ਪਿਆਰ ਦਿੰਦੀ ਹੈ, ਅਤੇ ਬਹੁਤ ਵਧੀਆ ਲੱਗਦਾ। ਪਿਛਲੇ ਕੁਝ ਸਮੇਂ ਤੋਂ ਆਏ ਦਿਨ ਅਸੀਂ ਨਿਊਜ਼ ਵਿੱਚ ਦੇਖ ਰਹੇ ਹਾਂ ਕਿ ਲੇਡੀਜ਼ ਦੇ ਪ੍ਰਤੀ ਮਹਿਲਾਵਾਂ ਦੇ ਪ੍ਰਤੀ ਬਹੁਤ ਜ਼ਿਆਦਾ ਦੁਰਵਿਵਹਾਰ ਹੋ ਰਿਹਾ ਹੈ। ਹਾਂਜੀ ਹਾਂਜੀ। ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਉਹਦੇ ਬਾਰੇ ਤਾਂ ਸਮਾਜ ਗਲਤ ਚੱਲ ਰਿਹਾ ਜੀ, ਦਰਬਾਰ ਵੱਲੋਂ ਬਹੁਤ ਵਧੀਆ ਹੈਗਾ, ਇੱਥੋਂ ਪਿਤਾ ਜੀ ਨੇ ਇੱਡੀ ਵਧੀਆ ਸ਼ਿਕਸ਼ਾ ਦਿੱਤੀ ਹੋਈ ਹੈ ਵੀ ਜੇ ਤੁਹਾਡੇ ਤੋਂ ਛੋਟੀ ਹੈ ਤਾਂ ਬੇਟੀ ਸਮਾਨ ਆ, ਤੁਹਾਡੇ ਬਰਾਬਰ ਦੀ ਆ ਤਾਂ ਭੈਣ ਆ, ਤੁਹਾਡੇ ਤੋਂ ਵੱਡੀ ਆ ਤਾਂ ਮਾਤਾ ਹੈ। ਜਿਹੜੇ ਪ੍ਰੇਮੀ ਆ ਸਾਡੇ ਉਹ ਇਸ 'ਤੇ ਚੱਲ ਰਹੇ ਆ, ਪਰ ਪਿਤਾ ਜੀ ਸਮਾਜ ਨੂੰ ਵੀ ਚਲਾਉਣਗੇ। ਆਏ ਦਿਨ ਮਹਿਲਾਵਾਂ ਨਾਲ ਨਵਾਂ ਦੁਸ਼ਕਰਮ ਹੋ ਰਿਹਾ। ਹਾਂਜੀ ਹਾਂਜੀ। ਜੋ ਕਿ ਸੁਣਨ 'ਚ ਬਹੁਤ ਗੰਦਾ ਅਤੇ ਬਹੁਤ ਭੱਦਾ ਲੱਗਦਾ ਹੈ। ਲੱਗਦਾ ਜੀ। ਉਹਦੇ ਬਾਰੇ ਡੇਰਾ ਸੱਚਾ ਸੌਦਾ ਨੇ ਕੋਈ ਸਟੈਪ ਜੀ? ਬਹੁਤ ਚਿਰ ਦੇ ਚੱਕਦੇ ਆਉਂਦੇ ਆ, ਜਿਵੇਂ ਅਸੀਂ ਵੇਸ਼ਵਾ ਭੈਣਾਂ ਸੀਗੀਆਂ, ਇਹਨਾਂ ਨੂੰ ਲਿਆਂਦਾ ਇੱਥੇ, ਇੱਥੇ ਲਿਆ ਕੇ ਉਹਨਾਂ ਦੀਆਂ ਸ਼ਾਦੀਆਂ ਕਰਵਾਈਆਂ, ਘਰ ਵਸਾਏ ਉਹਨਾਂ ਦੇ। ਬਹੁਤ ਵਧੀਆ ਯੋਗਦਾਨ ਕਰਦਾ ਡੇਰਾ। ਕਿੰਨੜ ਸਮਾਜ, ਉਹਦੇ ਬਾਰੇ ਡੇਰਾ ਸੱਚਾ ਸੌਦਾ ਦਾ ਕੋਈ ਯੋਗਦਾਨ? ਕਿੰਨੜ ਸਮਾਜ ਦਾ ਵੀ ਬਹੁਤ ਵੱਡਾ ਯੋਗ ਹੈਗਾ ਇੱਥੋਂ। ਪਿਤਾ ਜੀ ਨੇ ਇਹਨਾਂ ਨੂੰ 3rd ਜੈਂਡਰ ਦਾ ਜਿਹੜਾ ਦਰਜਾ ਦਵਾਇਆ ਹੈ, ਪਹਿਲਾਂ ਇਹਨਾਂ ਨੂੰ ਹੈ ਨਹੀਂ ਸੀਗਾ, ਨੌਕਰੀਆਂ ਨਹੀਂ ਮਿਲਦੀਆਂ ਸੀਗੀਆਂ, ਕਿਸੇ ਵੀ ਇਹਨਾਂ ਨੂੰ ਪੇਸ਼ੇ ਦੇ ਵਿੱਚ ਕਿਸੇ ਵੀ ਕੰਮ ਧੰਦੇ ਦੇ ਵਿੱਚ ਨਹੀਂ ਸੀ ਅੱਗੇ ਲਿਆ ਜਾਂਦਾ ਇਹਨਾਂ ਨੂੰ। ਹੁਣ ਜਦੋਂ ਦਾ ਪਿਤਾ ਜੀ ਨੇ ਇਹ ਸਟੈਪ ਚੱਕਿਆ ਸੀਗਾ ਉਸ ਤੋਂ ਬਾਅਦ ਇਹਨਾਂ ਦਾ ਵਧੀਆ ਸਤਿਕਾਰ ਆ। ਗ੍ਰੀਨਸ ਵੈਲਫੇਅਰ ਫੋਰਸ ਵਿੱਚ ਕਾਫੀ ਵੱਡੀ ਫੋਰਸ ਆ ਡੇਰਾ ਸੱਚਾ ਸੌਦਾ ਦੀ। ਹਾਂਜੀ ਹਾਂਜੀ। ਉਹਦਾ ਕੀ ਯੋਗਦਾਨ ਆ ਸਮਾਜ ਦੇ ਪ੍ਰਤੀ? ਸਮਾਜ ਦੇ ਪ੍ਰਤੀ ਤਾਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਜੀ। ਕਿਤੇ ਵੀ ਜਿਵੇਂ ਕੋਈ ਭਿਆਨਕ ਹਾਦਸਾ ਹੋ ਜਾਂਦਾ, ਕਿਤੇ ਅੱਗ ਲੱਗ ਜਾਂਦੀ ਆ, ਕਿਤੇ ਜਿਵੇਂ ਸੁਨਾਮੀ ਲਹਿਰਾਂ ਆ ਗਈਆਂ ਸੀ ਤਾਂ ਕਿਤੇ ਭੁਚਾਲ ਆ ਗਿਆ, ਉੱਥੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਵੀ ਜਦੋਂ ਵੀ ਉਹਨਾਂ ਨੂੰ ਦਰਬਾਰ ਤੋਂ ਇੱਥੋਂ ਸੁਨੇਹਾ ਮਿਲਦਾ ਵੀ ਤੁਸੀਂ ਉੱਥੇ ਜਾਣਾ ਹੈ ਤਾਂ ਉੱਥੇ ਹਰ ਹਾਲਤ ਗ੍ਰੀਨ ਫੋਰਸ ਪਹੁੰਚਦੀ ਹੈ।